ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 9 ਦਿਨ ਤੋਂ ਜਿਵੇਂ ਸੰਘਰਸ਼ ਜਿਹੜਾ ਆਪਣਾ ਟੋਲ ਪਲਾਜ਼ਾ ਟਾਂਡਾ ਵਿਖੇ ਚੱਲ ਰਿਹਾ, ਇਸ ਵਿੱਚ ਵੱਖ ਵੱਖ ਸੰਗਤਾਂ ਜਿਹੜੀਆਂ ਸੰਗਤਾਂ ਵਾਸਤੇ ਲੋੜੀਂਦੀ ਵਸਤਾਂ ਜਿਹੜੀਆਂ ਲੈ ਕੇ ਪਹੁੰਚ ਰਹੀਆਂ, ਸੋ ਉਸੇ ਤਹਿਤ ਅੱਜ ਨਗਰ ਖੱਖ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜਿਨ੍ਹਾਂ ਨੇ ਕੱਲ੍ਹ ਰਾਤ ਵੀ ਇੱਥੇ ਆ ਕੇ ਪੁੱਛਿਆ ਵੀ ਕੋਈ ਸੇਵਾ ਦੱਸੋ, ਦੁੱਧ ਦੀ ਸੇਵਾ ਵੀ ਇਹਨਾਂ ਨੇ ਕੀਤੀ। ਅਤੇ ਜਦੋਂ ਇਹਨਾਂ ਨੂੰ ਠੰਡ ਬਾਰੇ ਪਤਾ ਲੱਗਾ ਵੀ ਬਾਲਣ ਦੀ ਲੋੜ ਹੈ, ਅਤੇ ਅੱਜ ਆਪਣੇ ਪੂਰੇ ਨਗਰ ਦੇ ਵਿੱਚੋਂ ਬਾਲਣ ਇਕੱਠਾ ਕਰਕੇ ਇਹਨਾਂ ਲਿਆਂਦਾ, ਸੋ ਅਸੀਂ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਸੋ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਜੀ ਜਿਹੜੇ ਕਿ ਇੱਥੇ ਬਾਲਾਂ ਦੀ ਸੇਵਾ ਲੈ ਕੇ ਆਏ, ਮੈਂ ਉਹਨਾਂ ਨੂੰ ਕਹਾਂਗਾ ਵੀ ਦੋ ਸ਼ਬਦ ਆਪ ਜੀ ਨਾਲ ਸਾਂਝੇ ਕਰਨਾ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਸਾਡੇ ਗੁਆਂਢ ਧਰਨੇ 'ਤੇ ਬੈਠੇ ਹੋ, ਅਸੀਂ ਜਿੰਨਾ ਕੁ ਯੋਗਦਾਨ ਹੋ ਸਕੇ ਉਨਾ ਕੁ ਤਾਂ ਪਾ ਸਕੀ, ਪੂਰਾ ਜੇ ਤੁਹਾਡਾ ਨਹੀਂ ਸਾਥ ਦੇ ਸਕਦੇ ਪਰ ਜਿੰਨਾ ਵੀ ਕੁਛ ਥੋੜ੍ਹਾ ਬੜਾ ਤਿਲ ਫੁਲ ਜੋ ਹਿੱਸਾ ਹੈਗਾ ਉਹ ਤਾਂ ਪਾਈਏ ਨਾ ਜੀ। ਸੋ ਸਾਡੇ ਨਗਰ ਦਾ ਬੜਾ ਧੰਨਵਾਦ ਸੰਗਤ ਆ ਜੀ ਜਿਹਨਾਂ ਨੇ ਸਾਡੇ ਇੱਕ ਵਾਰੀ ਕਹਿਣ ਦੇ ਉੱਤੇ ਬੜਾ ਵੱਧ ਚੜ੍ਹ ਕੇ ਸਹਿਯੋਗ ਦਿੱਤਾ, ਔਰ ਅਜੇ ਅਸੀਂ ਉਹ ਛੱਡ ਕੇ ਆਏ ਹਾਂ ਸਮਾਨ, ਜੇ ਤੁਹਾਡੇ ਕੋਲ ਆਪਣੀ ਜਗ੍ਹਾ ਨਹੀਂ ਸੀ ਤਾਂ ਮੁੜ ਕੇ ਫਿਰ ਚੱਕਰ ਇੱਕ ਦੋ ਦਿਨਾਂ 'ਚ ਲਾ ਦਿਆਂਗੇ ਤਾਂ ਕਿ ਫਿਰ ਬਾਲਣ ਤੋਂ ਕਮੀ ਨਹੀਂ ਆਉਣ ਦਿੰਦੇ ਜੀ। ਬਹੁਤ ਬਹੁਤ ਧੰਨਵਾਦ ਜੀ। ਇਹ ਖੱਖ ਪਿੰਡ ਹੀ ਨਾ, ਖੱਖ ਪਿੰਡ ਤੋਂ ਦੇਖੋ ਜੀ, ਬਹੁਤ ਬਹੁਤ ਧੰਨਵਾਦ ਆ ਸੰਗਤ ਨੇ, ਇਹਨਾਂ ਨੇ ਦੱਸਿਆ ਵੀ ਇੱਕ ਵਾਰ ਬੇਨਤੀ ਕੀਤੀ ਵੀ ਆਪਾਂ ਸੰਗਤ ਵਾਸਤੇ ਬਾਲਣ ਦੀ ਉੱਥੇ ਲੋੜ ਆ, ਅਤੇ ਸਾਰੇ ਪਿੰਡ ਨੇ ਤਕਰੀਬਨ ਜਿਹੜੀ ਆ ਟਰਾਲੀ ਭਰ ਦਿੱਤੀ ਇਹਨਾਂ ਦੀ। ਸੋ ਅਸੀਂ ਜਥੇਬੰਦੀ ਵੱਲੋਂ ਵੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਇਸ ਵਿੱਚ ਆਪਣਾ ਜਿਹੜੀ ਆ ਹਾਜ਼ਰੀ ਭਰੀ ਆ। ਬਹੁਤ ਬਹੁਤ ਧੰਨਵਾਦ ਜੀ।